ਭਾਰਤੀ ਰਿਜ਼ਰਵ ਬੈਂਕ ਨੇ ਇੱਕ ਬਿਆਨ ਜਾਰੀ ਕੀਤਾ ਹੈ ਕਿ 30 ਅਤੇ 31 ਮਾਰਚ ਨੂੰ ਮਿੱਥੇ ਸਮੇਂ ਤੱਕ ਇਲੈਕਟ੍ਰੋਨਿਕ ਲੈਣ-ਦੇਣ ਕੀਤਾ ਜਾ ਸਕਦਾ ਹੈ ਟੈਕਸ ਦੇਣ ਵਾਲਿਆਂ ਨੂੰ ਹੋਰ ਸਹੂਲਤ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਨੈਸ਼ਨਲ ਇਲੈਕਟ੍ਰੋਨਿਕ ਫੰਡ ਟਰਾਂਸਫਰ ਯਾਨੀ NEFT ਅਤੇ ਰੀਅਲ ਟਾਈਮ ਗ੍ਰੋਥ ਸੈਟਲਮੈਂਟ ਯਾਨੀ RTGS ਪ੍ਰਣਾਲੀ ਰਾਹੀਂ ਲੈਣ-ਦੇਣ 31 ਮਾਰਚ 2024 ਨੂੰ 24 ਘੰਟੇ ਜਾਰੀ ਰਹੇਗਾ ਬਿਆਨ ਜੇ ਕਿਹਾ ਗਿਆ ਹੈ ਕਿ ਸਰਕਾਰੀ ਕਾਮਕਾਰ ਨਾਲ ਜੁੜੇ ਰਿਜ਼ਰਵ ਬੈਂਕ ਦੇ ਦਫ਼ਤਰ ਅਤੇ ਏਜੰਸੀ ਬੈਂਕਾਂ ਦੀਆਂ ਸਾਰੀਆਂ ਬ੍ਰਾਂਚਾਂ ਟੈਕਸ ਦੇਣ ਵਾਲਿਆਂ ਦੀ ਸਹੂਲਤ ਲਈ ਸ਼ਨੀਵਾਰ 31 ਮਾਰਚ ਅਤੇ ਐਤਵਾਰ 31 ਮਾਰਚ ਨੂੰ ਆਮ ਦਿਨਾਂ ਵਾਂਗ ਕੰਮਕਾਜ ਦੇ ਘੰਟਿਆਂ ਦੌਰਾਨ ਆਪਣੇ ਕਾਊਂਟਰ ਖੁੱਲੇ ਰੱਖਣਗੇ